ਬਲੂਨ ਡਰਾਈਵਰ ਬਣਾਉਣਾ ਬਹੁਤ ਆਸਾਨ ਹੈ। ਤੁਹਾਨੂੰ ਇੱਕ ਗੁਬਾਰਾ, ਇੱਕ ਪਲਾਸਟਿਕ ਸ਼ੈਂਪੂ ਪਾਊਚ, ਇੱਕ ਪੇਪਰ ਕਲਿੱਪ ਅਤੇ ਇੱਕ ਬੋਤਲ ਪਾਣੀ ਦੀ ਭਰੀ ਹੋਵੇ ਦੀ ਲੋੜ ਪਵੇਗੀ। ਗੁਬਾਰੇ ਦੇ ਨਾਲ ਇੱਕ ਪੇਪਰ ਕਲਿੱਪ ਲਗਾ ਦਿਓ ਅਤੇ ਪਾਣੀ ਦੀ ਭਰੀ ਬੋਤਲ ਵਿੱਚ ਰੱਖ ਦਿਓ। ਪੇਪਰ ਕਲਿੱਪ ਦੇ ਭਾਰ ਦੇ ਕਾਰਨ ਗੁਬਾਰਾ ਹੁਣ ਬੋਤਲ ਵਿੱਚ ਤੈਰੇਗਾ। ਢੱਕਣ ਜ਼ੋਰ ਦੀ ਬੰਦ ਕਰੋ ਅਤੇ ਬਾਹਰੋਂ ਬੋਤਲ ਦਬਾਓ। ਥੋੜ੍ਹਾ ਜਿਹਾ ਪਾਣੀ ਗੁਬਾਰੇ ਦੇ ਵਿੱਚ ਚਲਾ ਜਾਵੇਗਾ ਜੋ ਕਿ ਉਸ ਨੂੰ ਭਾਰਾ ਬਣਾਵੇਗਾ ਅਤੇ ਇਸ ਨੂੰ ਡੁਬੋ ਦੇਵੇਗਾ। ਦਬਾਅ ਛੱਡਣ 'ਤੇ ਗੁਬਾਰਾ ਉੱਪਰ ਵੱਲ ਤੈਰੇਗਾ। ਗੁਬਾਰੇ ਦੇ ਹੇਠਾਂ ਹੋਣ ਦਾ ਆਨੰਦ ਮਾਣੋ। ਦਬਾਅ ਪਾਉਣ 'ਤੇ ਡੁੱਬ ਜਾਵੇਗਾ ਅਤੇ ਛੱਡਣ 'ਤੇ ਤੈਰੇਗਾ। ਹੁਣ ਇੱਕ ਸ਼ੈਂਪੂ ਦਾ ਪਾਊਚ ਲੈ ਕੇ ਵੀ ਨੌਚ ਬਣਾਓ। ਇਸ ਨਾਲ ਦੋ ਕਾਗਜ਼ ਦੇ ਕਲਿੱਪ ਲਗਾਓ ਤਾਂ ਜੋ ਉਹ ਪਾਣੀ ਵਿੱਚ ਤੈਰਨ ਜਾਂ ਤੈਰੇ। ਪਾਊਚ ਨੂੰ ਮੋੜੋ ਅਤੇ ਪਾਣੀ ਦੀ ਬੋਤਲ ਵਿੱਚ ਇਸ ਨੂੰ ਪਾਓ। ਢੱਕਣ ਬੰਦ ਕਰ ਦਿਓ ਅਤੇ ਬੋਤਲ ਨੂੰ ਬਾਹਰੋਂ ਦਬਾ ਪਾਓ। ਪਾਊਚ ਡੁੱਬ ਕੇ ਬੋਤਲ ਦੇ ਤੱਲੇ 'ਤੇ ਚਲਾ ਜਾਵੇਗਾ। ਹੁਣ ਦਬਾਅ ਛੱਡਣ 'ਤੇ ਤੈਰੇਗਾ। ਇਹ ਬਹੁਤ ਘੱਟ ਪੈਸੇ ਲਗਾ ਕੇ ਵਧੀਆ ਖੇਡ ਬਣ ਸਕਦਾ ਹੈ।